ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਘਾ ਪੁਰਾਣਾ ਤੋਂ ਮੋਦਕੀ ਰੋਡ ਤੇ ਪਿੰਡ ਲੰਗੇਆਣਾ ਦੇ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਘਾ ਪੁਰਾਣਾ ਤੋਂ ਆਪਣੇ ਪਿੰਡ ਜੈਮਲਵਾਲਾ ਜਾ ਰਹੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਰਿਵਾਰ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਤੇਜ਼ ਰਫ਼ਤਾਰ ਬ੍ਰਿਜਾ ਕਾਰ ਨੇ ਪਿੱਛੋਂ ਮੋਟਰਸਾਈਕਲ ਵਿੱਚ ਟੱਕਰ ਮਾਰੀ ਜਿਸ ਕਾਰਨ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਪਤੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪਤੀ ਪਤਨੀ ਮੋਗਾ ਦੇ ਪਿੰਡ ਜੈਮਲਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਮੌਕੇ 'ਤੇ ਪਹੁੰਚ ਕੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਬ੍ਰਿਜਾ ਜੋ ਗੱਡੀ ਦਾ ਮਾਲਕ ਸੀ ਜਿਸਨੇ ਗੱਡੀ ਮੋਟਰਸਾਈਕਲ ਨਾਲ ਟੱਕਰ ਮਾਰੀ ਆ ਬ੍ਰਿਜਾ ਗੱਡੀ ਵਿੱਚ ਸੀ। ਦੱਸਿਆ ਜਾ ਰਿਹਾ ਕਿ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਉਸ ਦੀ ਜਿਹੜੀ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਧੁੰਦ ਸੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕੀਤਾ ਜਾਵੇ। ਸੋ ਉਹ ਵੀ ਜਿਹੜਾ ਸ਼ਰਾਬ ਦੇ ਨਸ਼ੇ ਵਿੱਚ ਧੁੰਦ ਸੀ। ਦੱਸਿਆ ਜਾ ਰਿਹਾ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਹੁਣ ਇਸ ਵੇਲੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੈ ਪਰ ਇਸ ਘਟਨਾ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜੋ ਕਿ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਪਿੰਡ ਦੇ ਬੰਦੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ, ਕੀ ਕਹੋਗੇ? ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਅਤੇ ਆਉਂਦੇ ਸੀਗੇ, ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵੱਜੀ ਆ। ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੀ ਉਹਦੇ ਖੜ੍ਹੀ ਆ ਗੱਡੀ ਥੱਲੇ ਅਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ, ਦਾਰੂ ਨਾਲ ਉਹ ਡੱਕਿਆ ਹੋਇਆ ਸੀਗਾ। ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਅਤੇ ਨੂੰਹ ਉਹਨਾਂ ਦੀ, ਅਤੇ ਮੌਕੇ 'ਤੇ ਮੌਤ ਹੋ ਗਈ ਆ। ਬਹੁਤ ਮੰਦਭਾਗੀ ਘਟਨਾ ਹੋਈ ਆ। ਅਸੀਂ ਕਹਿੰਦੇ ਹਾਂ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਬਣਦੀ ਕਾਰਵਾਈ ਕੀਤੀ ਜਾਵੇ, ਉਨਾ ਚਿਕਰ ਡੈੱਡ ਬੋਡੀਆਂ ਇੱਥੇ ਪਈਆਂ, ਸਾਡੇ ਕੋਲ ਪ੍ਰਸ਼ਾਸਨ ਆਵੇ ਅਤੇ ਸਾਡੀ ਗੱਲ ਸੁਣੇ। ਮੇਰਾ ਨਾਂ ਜਸਵੀਰ ਸਿੰਘ ਹੈ ਜੀ। ਕਿਹੜੇ ਬੰਦੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ? ਉਹ ਸਾਡੇ ਗਵਾਂਢੀ ਹੈ ਜੀ, ਚਾਚਾ ਜੀ ਲੱਗਦੇ ਆ। ਅਤੇ ਦੱਸੋ, ਉਹ ਜੀ ਇੱਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ, ਅਤੇ ਉਹ ਜਿਹੜਾ ਡਰਾਈਵਰ ਆ ਨੱਥੂ ਵਾਲੇ ਦਾ ਸੀਗਾ, ਉਹਨਾਂ ਦੀ ਡਰਿੰਕ ਕੀਤੀ ਹੋਈ ਸੀਗੀ, ਉਹਨਾਂ ਨੇ ਪਿੱਛੋਂ ਫੇਟ ਮਾਰੀ ਹੈ ਜੀ। ਚਾਰ ਜਣਿਆਂ ਦੀ ਡੈੱਥ ਹੋ ਗਈ, ਧਰਮਪ੍ਰੀਤ ਸਿੰਘ, ਕੁਲਦੀਪ ਕੌਰ ਅਤੇ ਦੋ ਬੱਚੇ ਸੀਗੇ। ਅਤੇ ਦੋ ਘੰਟੇ ਹੋ ਗਏ, ਐੱਸ ਐੱਚ ਓ ਸਾਹਿਬ ਇੱਥੇ ਆਏ ਨਹੀਂ ਹਜੇ ਤੱਕਰ। ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਹੁੰਦੀ ਗੀ ਉਨਾ ਚਿਰ ਜਾਣੀ ਕਿ ਅਸੀਂ ਇੱਥੇ ਧਰਨਾ ਵੀ ਲਾਵਾਂ, ਜਿਹੜੀ ਬਣਦੀ ਕਾਰਵਾਈ ਉਹ ਕਰ ਦੇਣ, ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ। ਅਤੇ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ, ਅਤੇ ਗੱਡੀ ਦੇ ਵਿੱਚ ਦਾਰੂ ਹੁਣ ਵੀ ਪਈ ਹੈ ਜੀ, ਦੋ ਪੇਟੀਆਂ ਪਈਆਂ। ਇਹ ਐਕਸੀਡੈਂਟ ਹੋਇਆ ਜੀ, ਦੋਨੇ ਜਿਹੜੇ ਵਹੀਕਲ ਸੀਗੇ ਬਾਘੇ ਪਿੰਡ ਤੋਂ ਆ ਰਹੇ ਸੀ, ਮੋਟਰਸਾਈਕਲ ਅੱਗੇ ਰਹੇ ਸੀ, ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ। ਇਹ ਮੁੰਡਾ ਜੈਮਲ ਵਾਲੇ ਤੋਂ ਸੀਗਾ, ਪਰਮਜੀਤ ਸਿੰਘ, ਉਹਦੇ ਨਾਲ ਵਾਈਫ ਸੀ ਕੁਲਦੀਪ ਕੌਰ, ਨਾਲ ਬੱਚੇ ਸੀਗੇ। ਅੱਛਾ ਜੀ। ਅਤੇ ਉਹ ਮਤਲਬ ਕਿ ਜਾ ਰਹੇ ਸੀ ਉਹਦੇ ਨਾਲ ਕਿ ਇੱਧਰੋਂ, ਇਹਨਾਂ ਕਿਤੇ ਪਿੱਛੋਂ ਗੱਡੀ ਤੇਜ਼ ਸੀਗੀ ਥੋੜ੍ਹੀ, ਅਤੇ ਉਦੋਂ ਪੈਟਰੋਲ ਨਹੀਂ ਹੋਈ ਗੱਡੀ 'ਤੇ, ਉਹਦੇ ਉੱਪਰ ਚੜ੍ਹਾ। ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਜੀ। ਇਹ ਦਾਰੂ ਹੁਣ ਮੈਂ ਤਾਂ ਇੱਥੇ ਮੌਕੇ 'ਤੇ ਖੜ੍ਹਾ, ਹੁਣ ਮੈਂ ਉਹਦਾ ਉਹ 'ਤੇ ਮੁਲਾਜ਼ਾ ਕਰਾਊਂਗਾ ਤਾਂ ਪਤਾ ਲੱਗੂਗਾ ਵੀ ਦਾਰੂ ਪੀਤੀ, ਪਰ ਮੈਂ ਹੁਣ ਮੁਲਾਜ਼ਾ ਨਹੀਂ ਕਰਾਇਆ, ਮੈਂ ਕਲੀਅਰ ਨਹੀਂ ਕਹਿ ਸਕਦਾ, ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਉਹ ਲੋਕ ਕਹਿ ਰਹੇ ਆ ਵੀ ਉਹਦੀ ਦਾਰੂ ਪੀਤੀ ਸੀਗੀ। ਅਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ? ਹਾਂਜੀ, ਮੈਂ ਬਾਅਦ 'ਚ ਆਇਆ, ਸ਼ਾਇਦ ਮਿਲੀ ਹੋਵੇ, ਪਰ ਮੈਂ ਬਾਅਦ ਦੇ ਵਿੱਚ ਆਇਆ, ਮੈਂ ਤਾਂ ਇੱਧਰ ਹੀ ਉਲਝ ਗਿਆ ਡੈੱਡ ਬਾਡੀਆਂ ਨੂੰ ਵੇਖਣ 'ਤੇ, ਮੈਂ ਕੋਈ ਵੀਡੀਓ। ਅੱਛਾ, ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ? ਨਹੀਂ, ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ, ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈ ਨਹੀਂ ਸੀਗੀ, ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ। ਅੱਛਾ, ਮਗਲੀ ਸਾਈਡ। ਅਤੇ ਜਿਹੜਾ ਇਹ ਗੱਡੀ ਵਾਲਾ, ਇਹ ਕਿੱਥੋਂ ਦਾ ਬੰਦਾ ਜਿਹੜਾ? ਇਹਦਾ ਮੈਨੂੰ ਨਾਂ ਨਹੀਂ ਪਤਾ ਗਾ, ਇਹ ਹੈਗਾ ਨੱਥੂ ਵਾਲੇ ਗਰਬੀ ਦਾ। ਠੀਕ ਹੈ।